merde, mais... ਵਹਿਣ ਤੇ ਕਿਰਨੀਆਂ ਵਾਲਾ ਕਲੇਜਾ ਚੀਰਦਾ ਇਹ ਮੰਜਰ ਜਲਾਲਾਬਾਦ ਰਾਜਸਥਾਨ ਦੇ ਬਾਰਡਰ ਏਰੀਏ ਦਾ ਏ, ਜਿੱਥੇ ਟਿੱਡੀ ਦਲ ਨੇ ਖੂਬ ਆਤੰਕ ਮਚਾਇਆ ਹੋਇਆ ਏ। ਇਹਨਾਂ ਲੋਕਾਂ ਲਈ ਟਿੱਡੀ ਦਲ ਦਾ ਹਮਲਾ ਕਿਸੇ ਅੱਤਵਾਦੀ ਹਮਲੇ ਤੋਂ ਘੱਟ ਨਹੀਂ, ਕਿਉਂਕਿ ਟਿੱਡੀਆਂ ਨੇ ਉਹਨਾਂ ਦਾ ਸਭ ਕੁਝ ਤਬਾਹ ਕਰ ਦਿੱਤਾ। ਆਪਣੇ ਖੇਤਾਂ ਦਾ ਉਜਾੜਾ ਦੇਖ ਸੁਆਣੀਆਂ ਭੁੱਬਾਂ ਮਾਰ ਰਹੀਆਂ। ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿੱਥੇ ਅਨੂਪਗੜ੍ਹ ਇਲਾਕੇ ਦੇ ਸਾਰੇ ਲੋਕਾਂ ਨੇ ਇਹਨਾਂ ਟਿੱਡੀਆਂ ਨੂੰ ਭਜਾਉਣ ਲਈ ਮੁਹਿੰਮ ਵੀ ਵਿੱਢੀ ਹੋਈ ਹੈ। ਰਾਜਸਥਾਨ ਦੇ ਟਿੱਡੀ ਦਲ ਦੇ ਹਮਲੇ ਤੋਂ ਫਾਜ਼ਿਲਕਾ ਦੇ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ 'ਚ ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਮੁਕਤਸਰ ਤੇ ਬਠਿੰਡਾ ਜ਼ਿਲ੍ਹੇ ਸ਼ਾਮਿਲ ਨੇ। ਖੇਤੀਬਾੜੀ ਵਿਭਾਗ ਨੇ ਦਫ਼ਤਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ। ਕਿਸਾਨਾਂ ਦੇ ਟਿੱਡੀ ਦਲ ਨਾਲ ਹੁੰਦੇ ਨੁਕਸਾਨ ਬਾਰੇ ਦੱਸਿਆ ਗਿਆ। ਇਹਦਾ ਪਹਿਲਾਂ ਦਾ ਕਾਰਨ ਹੈ ਪੈਸਟੀਸਾਈਡ ਵਾਲੇ ਇਹਦਾ ਨਜਾਇਜ਼ ਫਾਇਦਾ ਉਠਾਉਣ ਦੇ, ਆਪਦੀਆਂ ਗਲਤ ਦਵਾਈਆਂ ਦੀ ਐਡ ਕਰਕੇ ਵੀ ਆਹ ਦਵਾਈਆਂ ਕਰੋ ਅਤੇ ਕਿਸਾਨਾਂ ਕੋਲੋਂ ਪੈਸੇ ਲੁੱਟਣ ਦੇ, ਜਿਹੜੇ ਕਿ ਅੱਗੇ ਮੰਦੀ ਹਾਲਤ ਵਿੱਚ ਨੇ। ਇਹ ਬਹੁਤ ਜ਼ਿਆਦਾ ਖਤਰਨਾਕ ਹੈ, ਕਿਉਂਕਿ ਪੰਜਾਬ ਖੇਤੀਬਾੜੀ ਵਿਭਾਗ ਨੂੰ ਇਹ ਦੱਸਣਾ ਚਾਹੀਦਾ ਕਿ ਇਹਦੀ ਦਵਾਈ ਹੈ ਵੀ ਕਿ ਨਹੀਂ। ਜੇ ਦਵਾਈ ਹੈ ਹੀ ਨਹੀਂ ਤਾਂ ਕਾਨਾ ਵਾਲੇ, ਪੈਸਟੀਸਾਈਡ ਵਾਲੇ ਇਹਦਾ ਨਜਾਇਜ਼ ਫਾਇਦਾ ਉਠਾਉਣ ਦੇ। ਇਸ ਕਰਕੇ ਸਰਕਾਰ ਕੋਈ ਪੁਖਤਾ ਇੰਤਜ਼ਾਮ ਨਹੀਂ ਕਰ ਰਹੀ। ਜੇਕਰ ਇਹ ਹਮਲਾ ਪੰਜਾਬ ਦੇ ਵਿੱਚ ਵੀ ਹੁੰਦਾ ਤਾਂ ਕਿਸਾਨਾਂ ਵਾਸਤੇ ਬਹੁਤ ਹੀ ਮਾੜਾ ਕਿ ਬਹੁਤ ਹੀ ਘਾਤਕ ਸਿੱਧ ਹੋਏਗਾ, ਕਿਉਂਕਿ ਪੰਜਾਬ ਦੇ ਕਿਸਾਨ ਦੀ ਤਾਂ ਆਰਥਿਕ ਹਾਲਤ ਪਹਿਲਾਂ ਹੀ ਬਹੁਤ ਖਰਾਬ ਹੈ। ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜਿਵੇਂ ਝੋਨਾ ਸੀ, ਨਾ ਤਾਂ ਝੋਨੇ ਦੀ ਫਸਲ ਦਾ ਝਾੜ ਰਿਹਾ, ਨਾ ਹੀ ਉਹਦਾ ਰੇਟ ਰਿਹਾ, ਝਾੜ ਵੱਲੋਂ ਵੀ ਮਾਰਿਆ ਗਿਆ ਕਿਸਾਨ, ਰੇਟ ਵੱਲੋਂ ਵੀ ਮਾਰਿਆ ਗਿਆ। ਇਸ ਕਰਕੇ ਤਾਂ ਜੇ ਹੁਣ ਟਿੱਡੀ ਦਾ ਹਮਲਾ ਹੁੰਦਾ ਤਾਂ ਕਿਸਾਨ ਵਾਸਤੇ ਬੜਾ ਘਾਤਕ ਹੋਏਗਾ। ਪਹਿਲਾਂ ਵੀ ਆ ਜਿਹੜੀ ਬਾਰਿਸ਼ ਹੋਈ ਹੈ ਲਗਾਤਾਰ, ਉਹਦੇ ਨਾਲ ਵੀ ਕਿਸਾਨਾਂ ਦੀਆਂ ਕਣਕਾਂ ਦਾ ਨੁਕਸਾਨ ਹੋਇਆ, ਕਿਉਂਕਿ ਕਿਸਾਨਾਂ ਨੇ ਪਾਣੀ ਲਾ ਲਿਆ ਸੀ ਅਤੇ ਉੱਤੋਂ ਲਗਾਤਾਰ ਬਾਰਿਸ਼ ਹੁੰਦੀ ਰਹੀ, ਧੁੱਪ ਨਿਕਲੀ ਨਹੀਂ, ਇਸ ਕਰਕੇ ਉਹ ਕਣਕਾਂ ਪੀਲੀਆਂ ਪੈ ਗਈਆਂ, ਜਿਹਦੇ ਨਾਲ ਫਰਟੀਲਾਈਜ਼ਰ ਵੱਧ ਯੂਜ ਹੋਏਗਾ, ਪੈਸਟੀਸਾਈਡ ਜ਼ਿਆਦਾ ਲੱਗੇਗਾ। ਅਤੇ ਇਸ ਕਰਕੇ ਜੇਕਰ ਟਿੱਡੀ ਦਾ ਹਮਲਾ ਹੋ ਜਾਂਦਾ ਤਾਂ ਕਿਸਾਨ ਵਾਸਤੇ ਨਾ ਸਹਿਣ ਯੋਗ ਹੋਏ। ਇਹਦੇ ਤੋਂ ਬਚਾਅ ਹੁਣ ਖੇਤੀਬਾੜੀ ਮਹਿਕਮਾ ਦੱਸੇ ਸਾਨੂੰ ਆ ਗਏ ਜੀ, ਖੇਤੀਬਾੜੀ ਮਹਿਕਮਾ ਤਾਂ ਕੁੰਭਕਰਨ ਦੀ ਨੀਂਦ ਸੁੱਤਿਆ ਹੋਇਆ, ਸਾਡੀ ਪੰਜਾਬ ਸਰਕਾਰ ਨੂੰ ਵੀ ਸ਼ਾਇਦ ਸੁੱਤੀ ਹੋਈ ਹੈ, ਬਾਹਰ ਗਈ ਹੋਈ ਘੁੰਮਣ। ਪੰਜਾਬ ਸਰਕਾਰ ਨੂੰ ਵੀ ਨਹੀਂ ਹੈਗਾ ਵੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਜਾਣ ਖੇਤੀਬਾੜੀ ਮਹਿਕਮੇ ਨੂੰ ਅਤੇ ਉਹ ਖੇਤੀਬਾੜੀ ਮਹਿਕਮਾ ਆਵੇ। ਅੱਜ ਤੱਕ ਕੋਈ ਖੇਤੀਬਾੜੀ ਮਹਿਕਮੇ ਵਾਲਾ ਪੰਜਾਬ ਸਰਕਾਰ ਕਹੀ ਤਾਂ ਜਾਂਦੀ, ਅਸੀਂ ਅਲਰਟ ਕਰ ਦਿੱਤਾ ਪਿੰਡ ਇਹਨਾਂ ਜ਼ਿਲ੍ਹਿਆਂ ਦੇ ਵਿੱਚ, 5 ਜ਼ਿਲ੍ਹਿਆਂ 'ਚ, ਪਰ ਸਾਡੇ ਕੋਲ ਅੱਜ ਤੱਕ ਕੋਈ ਵੀ ਖੇਤੀਬਾੜੀ ਮਹਿਕਮੇ ਵਾਲਾ ਚੱਲ ਕੇ ਨਹੀਂ ਆਇਆ। ਬਸ ਸਰਕਾਰਾਂ ਆਪਦੀ ਸਮਝਦੀਆਂ ਵੀ ਅਸੀਂ ਅਲਰਟ ਕਰਤਾ, ਜ਼ਿੰਮੇਵਾਰੀ ਪੂਰੀ ਹੋ ਗਈ, ਲੇਕਿਨ ਇਹ ਜ਼ਿੰਮੇਵਾਰੀ ਨਹੀਂ ਹੈ। ਉਹਨਾਂ ਨੂੰ ਥੋੜ੍ਹਾ ਜਿਹਾ ਕਿਹਾ ਜਾਵੇ, ਸਾਫ਼ ਖੇਤੀਬਾੜੀ ਵਿਭਾਗ ਨੂੰ ਕਿਹਾ ਜਾਵੇ, ਹਦਾਇਤਾਂ ਦਿੱਤੀਆਂ ਜਾਣ, ਉਹ ਪਿੰਡਾਂ 'ਚ ਆਉਣ, ਲੋਕਾਂ ਨੂੰ ਦੱਸਣ, ਇਸ ਬਾਰੇ ਸਮਝਾਉਣ ਕਿ ਇਹਦਾ ਕੀ ਇਲਾਜ ਹੈ, ਕੀ ਕੀਤਾ ਜਾ ਸਕਦਾ, ਕਿ ਇਹਦਾ ਸਿਰਫ ਇਲਾਜ ਢੋਲ ਧੂਮ ਧਮੱਕਾ ਜਾਂ ਪਟਾਕੇ ਹੀ ਹੈ, ਜਾਂ ਇਹਦੇ ਵਾਸਤੇ ਕੋਈ ਪੈਸਟੀਸਾਈਡ ਵੀ ਆਉਂਦੀ ਹੈ, ਇਹ ਉਹਨਾਂ ਨੂੰ ਦੱਸੋ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।